हाँ जी गाइस, गुड मॉर्निंग, वेलकम बैक टू नजर ब्लॉग। अज ब्लॉग असी लेट शुरू किया क्योंकि उठे लेट आ, साढ़े नौ अज उठे से ते चाह पानी पीता फटाफट, हाले तैयार भी होना, रेडी होना, नहाना धोना तो साढ़े घर के कोल है नगर कीर्तन, असी उत्थे भी जाना है, दिखावांगे तुहानू सारा नगर कीर्तन। तो जाना तो नहीं, मतलब कि बस मत्थे टेकना आपां, तो वह भी दिखावांगे तुहानू। तो नया सुती हुई है, उठ गया येलो वाली, मैं मर्च किटी किटी वी है, मर्च की है एडी वी मर्च। हाँ जी, गुड मॉर्निंग, होर साड़ी गुड मॉर्निंग हो आई है, ब्लॉग हम स्टार्ट किया। इमली वाली गोली है टॉफी। अच्छा रात नूं व्यू दिखावांगे, बच्चे किवें कुद रहे ने, रात दा व्यू, लाइटिंग वगैरह लगी हुई है, बाकी नगर कीर्तन निकलेगा फिर तुहानूं दिखाने आ सारा व्यू। अड्डा ओए, चल शॉपिंग करन चलांगे, शॉपिंग ए पैसे किथे ने भाई, ताडे कहिंदा पैसे मेरे ने, अच्छ तू रख ले, तू ले ले, नहीं लेने, इधर देखिए माने की कहता है, एडिटिंग हो रही है। किथे जाना है दादू को, है तू भी लेना और से जी, नगर कीर्तन निकल पे दंद खाने नगर कीर्तन। तेरी ना कुड़ी अखां पाला, बट मम्मी हुन तुसी किथे जा रहे हो? मैं आ जा रही हां सचखंड। सचखंड जा रहे हो? सचखंड जा रही हां। कदों जाओगे? मैं कल सवेरे 9 बजे। सवेरे 9 बजे ट्रेन है ते फिर पिछे चाचा चला जाएगा।
चाचा को तीन चार महीने रह लिया दो ढाई महीने उठे दो ढाई महीने हां जी बच्चे आएंगे राती जो भी पाके सोने मेरा राजवीर मेरे नाल है और नूर भी सोंदी होगी जीवा सतगुरु नाम
ਹਾਂਜੀ ਗਾਈਜ਼, ਅਸੀਂ ਆ ਗਏ ਸੀਗੇ ਹੁਣ ਨਗਰ ਕੀਰਤਨ ਤੋਂ। ਮੈਂ ਬਸ ਵੀ ਮੱਥਾ ਟੇਕਣ ਗਈ ਸੀ, ਸਾਡੇ ਇਧਰੋਂ ਲੰਘਦਾ ਹੁੰਦਾ ਨਾ ਬਾਰੋਂ ਮੋੜ ਤੋਂ, ਫਿਰ ਅਸੀਂ ਸਾਰੇ ਮੱਥਾ ਟੇਕਣ ਚਲ ਜਾਂਦੇ ਆ। ਤਾਇਆ ਜੀ ਹੁਣੇ ਦੇ ਬੱਚੇ ਸਾਰੇ, ਮੈਂ ਵੀ ਟੇਕਿਆ ਸੀ, ਦਿਖਾਇਆ ਸੀ ਮੈਂ ਵੀ ਵਲੌਗ 'ਚ। ਅੱਛਾ ਤੁਸੀਂ ਵੀ ਗਏ ਸੀ? ਹਾਂ, ਦੁਕਾਨ ਦੇ ਕੋਲੋਂ ਲੰਘਿਆ ਸੀ ਨਾ ਜਦੋਂ, ਉਦੋਂ ਦਿਖਾਇਆ ਸੀ ਮੈਂ। ਅੱਛਾ ਅੱਛਾ, ਕਲਿੱਪ ਹੈ ਗਏ ਨੇ ਵਧੀਆ ਉਹਨਾਂ ਨੇ, ਮਜ਼ਾ ਆ ਗਿਆ ਉਹਨਾਂ ਦਾ ਦਰਸ਼ਨ ਹੋ ਗਏ ਨਗਰ ਕੀਰਤਨ ਦੇ। ਗੱਤਕਾ ਵਗੈਰਾ ਵੀ ਖੇਡ ਰਹੇ ਸੀਗੇ ਉਹ। ਹੁਣ ਜਾ ਰਿਹਾ ਗਾਈਜ਼ ਅਸੀਂ ਨਾਇਆ ਦੀ ਰਿਪੋਰਟ ਲੈਣ, ਕੱਲ ਦਾ ਬਲੱਡ ਟੈਸਟ ਕਰਵਾਇਆ ਸੀਗਾ। ਦੇਖੋ ਬਸ ਬਾਬਾ ਜੀ ਕਰ ਰਿਪੋਰਟ 'ਚ ਸਭ ਕੁਛ ਠੀਕ ਆਏ, ਹੁਣ ਜਿਵੇਂ ਇਨਫੈਕਸ਼ਨ ਵਗੈਰਾ ਨਾ ਇਸ ਨੂੰ ਇੱਥੇ ਰੱਖਿਆ ਹੋਇਆ ਪਾਠ ਨਗਰ ਕੀਰਤਨ ਲੰਘਿਆ ਸੀਗਾ ਸਵੇਰੇ ਜਿਹੜਾ। ਰਸਤਾ ਖੁੱਲ੍ਹ ਗਿਆ ਇੱਧਰ? ਹਾਂ ਹਾਂ, ਅੱਜ ਸੋਲ ਲਿਆ ਬਾਬਾ ਜੀ। ਹਾਂ ਹਾਂ ਹਾਂ, ਤੇ ਉਹ ਤੇਰੇ ਉਧਰ ਪਾਣੀ ਪਿਆ ਨਾ ਬੋਤਲ 'ਚ? ਹਾਂਜੀ। ਦਹੀਂ ਫੜਾਈ ਮੈਨੂੰ, ਸ਼ੀਸ਼ਾ ਸਾਫ਼ ਕਰੀਦਾ। ਸਾਫ਼ ਕਰਾਓ ਗੱਡੀ ਵਗੈਰਾ। ਮਾਸੀ ਘਰ ਕੌਣ ਕੌਣ ਗਿਆ ਸੀ? ਮਾਸੀ ਘਰ ਸਾਰੇ ਗਏ ਸੀ, ਫਿਰ ਨਾਇਆ ਨੂੰ ਨੀਂਦ ਆਉਣ ਲੱਗ ਗਈ, ਮਾੜੀ ਜਿਹੀ ਤਬੀਅਤ ਖਰਾਬ ਜਿਹੀ ਲੱਗ ਰਹੀ ਸੀ, ਫਿਰ ਮੈਂ ਇਹਨੂੰ ਫਿਰ ਘਰ ਲਿਆਈ, ਫਿਰ ਘਰ ਆ ਕੇ ਫਿਰ ਨਾਇਆ ਸੋ ਗਈ। ਦਾਦੀ ਵੀ ਆਏ ਸੀ ਉੱਧਰ, ਸਾਰੇ ਸੀ ਗੱਦਰ, ਤਮੰਨਾ ਵੀ ਸੀਗੀ ਤਾਈ ਜੀ ਹੁਣੀ। ਹੋ ਗਿਆ, ਕਿਉਂ ਲੜੀ ਜਾਂਦੇ ਹੋ? ਫੇਰ ਜਾ ਕੇ ਆਇਆ ਛਾ ਗਾਈਜ਼, ਰਿਪੋਰਟ ਤੇ ਆ ਗਈ ਸੀ ਹਲਕੀ ਜਿਹੀ ਇਨਫੈਕਸ਼ਨ ਆਈ ਹੈ, ਬਟ ਡਾਕਟਰ ਨੇ ਉਹ ਮੰਗਵਾਈ ਸਲਿੱਪ ਦੇ ਘਰ ਹਟਾਏ ਨੇ, ਉਹ ਸਲਿੱਪ ਵਟਸਐਪ 'ਤੇ ਮੰਗਵਾਈ ਹੈ ਮੰਮਾ ਤੋਂ, ਅਤੇ ਦਿਖਾਉਂਦੇ ਡਾਕਟਰ ਨੂੰ ਜਾ ਕੇ ਕੀ ਕਹਿੰਦਾ। ਰਿਪੋਰਟ 'ਚ ਹਲਕੀ ਜਿਹੀ ਇਨਫੈਕਸ਼ਨ ਮੰਗਵਾਇਆ ਜੀ, ਬਾਕੀ ਦੇਖਦੇ ਹਾਂ ਡਾਕਟਰ ਕੀ ਕਹਿੰਦਾ, ਜਾਂਦੇ ਹਾਂ ਅੰਦਰ। ਹਾਂਜੀ, ਉਹ ਸੱਚ ਡਾਕਟਰ ਨਾਲ ਕਹਿੰਦਾ ਵੀ ਮਤਲਬ ਕਿ ਡਰ ਵਾਲੀ ਗੱਲ ਨਹੀਂ ਹੈਗੀ, ਤੇ ਜਿਹੜੀ ਉਹ ਇਨਫੈਕਸ਼ਨ ਵਾਲੀ ਘੋਲ ਕੇ ਪਿਆਉਣ ਵਾਲੀ ਦਵਾਈ ਸੀ ਨਾ, ਮਤਲਬ ਕਿ ਉਹਨੂੰ ਹਫ਼ਤੇ ਵਾਸਤੇ ਕਰ ਦਿਓ, ਇੱਕ ਹਫ਼ਤਾ ਪਿਆਉਣੀ ਆ। ਘੋਲਣ ਵਾਲੀ ਤੇਰੀ ਖਤਮ ਹੋ ਗਈ ਹੈ? ਹੋਰ ਤਾਂ ਸਿਰਫ ਅੱਜ ਅੱਜ ਦੀ ਸੀਗੀ, ਇੱਕ 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 ਸਪੂਨ ਹੋਏਗਾ ਬਸ ਉਹਦੇ 'ਚ। ਚਲੋ ਤੇ ਉੱਥੋਂ ਕੈਮਿਸਟ ਲੈ ਲਾ, ਉੱਥੋਂ ਵੀ ਮਿਲ ਜੇਗੀ, ਉੱਥੋਂ ਲੈ ਲਾ। ਉਹ ਇਨਫੈਕਸ਼ਨ ਦੀ ਹੈ ਨਾ, ਮੈਂ ਦਿੱਤੀ ਤਾਂ ਇਹ ਠੀਕ ਹੋਈ ਹੈ। ਉਹ ਕਹਿੰਦਾ ਵੀ ਇਹਨੂੰ ਕੰਟੀਨਿਊ ਰੱਖੋ, ਇੱਕ ਹਫ਼ਤਾ ਪਿਆਓ, ਉਹਦੇ ਕਰ ਉਹਦੇ ਨਾਲ ਇਨਫੈਕਸ਼ਨ ਨਿਕਲੇਗੀ। ਹਾਂ, ਤੇ ਬਾਕੀ ਕਹਿੰਦਾ ਕੋਈ ਹੋਰ ਉਹ ਨਹੀਂ ਹੈਗਾ। ਹੋਰ ਨਹੀਂ ਦੇਣੀ ਦਵਾਈ ਕੋਈ? ਨਹੀਂ, ਹੋਰ ਦੇਣੀ ਹੈ ਦੇ ਦਿਓ, ਜੇ ਬੁਖਾਰ ਵਗੈਰਾ ਦੀ ਪੈਰਾਸੀਟਾਮੋਲ ਫੀਵਰ ਵਗੈਰਾ ਜਿਹੜੀ ਹੈਗੀ ਉਹ ਤੇ ਦੇਣੀ ਦੇਣੀ ਹੈ। ਟੋਨਿਕ ਵੀ ਸ਼ੁਰੂ ਕਰਦੀਆਂ ਤੇ ਇਨਫੈਕਸ਼ਨ ਜੋ ਦੇਈ ਜਾਂਦੀ। ਹਾਂ, ਇਨਫੈਕਸ਼ਨ ਦੀ ਦੇਣੀ ਹੈ, ਇਨਫੈਕਸ਼ਨ ਨਿਕਲੇਗੀ। ਮੰਦਿਰ ਤੋਂ ਚੱਲ ਗੱਲ ਕਰ ਰਹੇ ਪਾਪਾ ਜੀ ਆ ਜਾ ਗਏ ਨਾ, ਉਹਨੂੰ ਫੋਨ ਕਰਦੇ ਮੈਂ ਕਿਲੂੰਗਾ ਤੇ ਨਾਲ। ਅੱਛਾ ਠੀਕ ਹੈ ਠੀਕ ਹੈ, ਚਲੋ ਹੁਣ ਕਿੱਥੇ ਜਾਣਾ ਹੈ? ਹਾਂਜੀ, ਕਹੇ ਡਾਕਟਰ ਤੋਂ ਆ ਗਏ ਸੀ, ਤੇ ਰੀਆ ਕਹਿੰਦੀ ਵੀ ਕਾਠੀ ਰੋਣ ਪਾੜਾ। ਮੈਂ ਕਿਹਾ ਚੱਲ ਲੀਲਾ ਬਾਹਰ ਚੱਲਦੇ ਆ, ਚੱਲ ਤੈਨੂੰ ਜੂਸ ਪਿਆ ਦੇਣਾ, ਤੇ ਇੱਥੇ ਆਇਆ ਖਾਨ ਸ਼ਮਾ। ਮੈਂ ਕਿਹਾ ਚਲੋ ਭੁੱਖ ਲੱਗੀ ਸੀ, ਮੈਂ ਚਾਹ ਵੀ ਨੀ ਪੀਤੀ, ਚਾਹ ਪੀਣੀ ਸੀ, ਚਾਹ ਪੀਂਦਾ ਪੀਂਦਾ ਹੀ ਰਹਿ ਗਿਆ। ਤੂੰ ਵੀ ਨਮਕੀਨ ਤੇ ਖਾਧੀ ਸੀ ਤੂੰ? ਕਾਕਾ ਸੋ ਗਿਆ ਜੁਹਾਨ, ਭਾਵਨੇ ਤੋਂ ਕਾਠੀ ਰੋਲ ਖਾ ਕੇ ਹਾਂਜੀ ਉੱਥੋਂ ਤੇ ਆ ਗਏ ਸੀ ਆਪਾਂ, ਦਵਾਈ ਵੀ ਲੈ ਲਈ ਸੀ ਕਿਉਂਕਿ ਤਾਂ ਦਿਖਾਇਆ ਹੀ ਹੈ, ਅਤੇ ਕਾਠੀ ਰੋਲ ਵਗੈਰਾ ਖਾ ਕੇ ਫਿਰ ਨਾਇਆ ਨੂੰ ਅਸੀਂ ਚਲੇ ਗਏ ਤ੍ਰਿਪੜੀ ਸ਼ੇਕ ਪਿਆਉਣ ਵਾਸਤੇ, ਕਹਿੰਦੇ ਮੈਂ ਸ਼ੇਕ ਪੀਣਾ, ਸ਼ੇਕ ਪੀ ਕੇ ਫਿਰ ਅਸੀਂ ਆ ਗਏ ਘਰ, ਅਤੇ ਜਵਾਨ ਵੀ ਸੁੱਤਾ ਸੀ ਉਹ ਵੀ ਉੱਠ ਗਿਆ। ਹੈ ਨਾ ਅਨਾਇਆ, ਤੂੰ ਆਪਣੇ ਬੰਦ ਕਰੀ ਬੇਟਾ,
ਤੇ ਜਵਾਨ ਵੀ ਉੱਠ ਗਿਆ ਸੀ ਉਹਨੇ ਰੋਟੀ ਰੋਟੀ ਖਾਧੀ ਉਹਨੇ ਹੁਣ ਅਤੇ ਅਸੀਂ ਵੀ ਹੁਣ ਰੋਟੀ ਰੋਟੀ ਖਾਣ ਲੱਗਿਆ ਅਤੇ ਗਾਇਜ਼ ਇਸ ਵਲੋਗ ਨੂੰ ਕਰਦੇ ਇੱਥੇ ਐਂਡ ਆਈ ਹੋਪ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਣਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦਾ ਇੱਕ ਹੋਰ ਨਵੇਂ ਦਿਨ ਨਵੀਂ ਵੀਡੀਓ ਦੇ ਨਾਲ ਮਿਲਦਾ ਬਾਏ ਬਾਏ ਟੇਕ ਕੇਅਰ।